ਖਾਲਸਾ ਐਡ ਇੰਡੀਆ ਅਤੇ ਉਹਨਾਂ ਦੇ ਸਾਥੀ ਪਹੁੰਚੇ ਨੇ ਪੰਜਾਬ ਵਿੱਚ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ, ਜਿੱਥੇ ਤਰਸੇਮ ਜੱਸੜ ਅਤੇ ਉਹਨਾਂ ਦੀ ਟੀਮ ਵੀ ਉੱਥੇ ਪਹੁੰਚੀ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਅਸੀਂ ਸੁਲਤਾਨਪੁਰ ਲੋਧੀ ਦੇ ਪਿੰਡਾਂ ਦੇ ਵਿੱਚ ਗਰਾਊਂਡ ਜ਼ੀਰੋ 'ਤੇ ਹਾਂ। ਤੁਸੀਂ ਆਪ ਦੇਖ ਸਕਦੇ ਹੋ ਕਿ ਸਾਰੇ ਪਿੰਡ ਆਲਮੋਸਟ ਸਤਲੁਜ ਦੇ ਨਾਲ ਲੱਗਦੇ 70-80 ਪਿੰਡ ਜਿਹੜੇ ਅਫੈਕਟਿਡ ਹੋਏ ਨੇ। ਖਾਲਸੇ ਦੀ ਟੀਮ ਪਿਛਲੇ ਐਤਵਾਰ ਤੋਂ ਇਹਨਾਂ ਇਲਾਕਿਆਂ ਦੇ ਵਿੱਚ ਕੰਮ ਕਰ ਰਹੀ ਹੈ। ਪਹਿਲਾਂ ਰੈਸਕਿਊ ਓਪਰੇਸ਼ਨ ਜਾਂ ਉਹ ਬੰਨ ਰੋਕਣ ਦਾ ਕੰਮ ਹੋਵੇ, ਚਾਹੇ ਉਹ ਵੋਲੰਟੀਅਰਸ ਵੱਲੋਂ ਸੈਂਡ ਬੈਗਸ ਭਰਨ ਦਾ ਕੰਮ ਹੋਵੇ, ਚਾਹੇ ਉਹ ਨਾਲ ਨਾਲ ਫੂਡ ਡਿਸਟ੍ਰੀਬਿਊਸ਼ਨ ਜਾਂ ਤੁਸੀਂ ਕਹਿ ਸਕਦੇ ਹੋ ਕਿ ਐਮਰਜੈਂਸੀ ਜਿਹੜੀ ਨੀਡ ਹੈ ਉਹ ਪਹੁੰਚਾਉਣ ਦੇ ਲਈ ਜਿਹੜੀ ਸੇਵਾਵਾਂ ਉਹ ਖਾਲਸਾ ਏਡ ਵੱਲੋਂ ਜਿਹੜਾ ਉਹ ਚਲਾਇਆ ਜਾ ਰਿਹਾ ਸੀ। ਸੋ ਆਹ ਦੇਖ ਸਕਦੇ ਤੁਸੀਂ, ਹੁਣ ਵੀ ਤਕਰੀਬਨ 3-4 ਫੁੱਟ ਪਾਣੀ ਹੈਗਾ। ਸੋ ਜੋ ਇਹਨਾਂ ਦੀ ਬੇਸਿਕ ਨੀਡਸ ਹੈਗੀਆਂ ਉਹ ਰਿਕੁਆਇਰਮੈਂਟ ਨੂੰ ਸਮਝਦੇ ਹੋਏ ਅਸੀਂ ਇਹਨਾਂ ਕੋਲ ਜਿਹੜੀ ਆਈਟਮਸ ਨੇ ਉਹ ਜਿਹੜੀ ਸੰਗਤਾਂ ਡੋਨੇਟ ਕਰ ਰਹੀਆਂ ਉਹ ਇਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਨਾਲ ਨਾਲ ਹੁਣੇ ਵੀ ਅਸੀਂ ਗੱਲਬਾਤ ਕਰ ਰਹੇ ਸੀ ਕਿ ਜਿਹੜੀ ਮੇਨ ਲੋੜ ਹੈ ਉਹ ਇਹਨਾਂ ਤੋਂ ਸਮਝਣ ਦੀ ਲੋੜ ਹੈ ਕਿ ਰਿਕੁਆਇਰਮੈਂਟ ਕੀ ਹੈ ਇਹਨਾਂ ਨੂੰ। ਸੋ ਲੋਕ ਆਪਣੀ ਛੱਤਾਂ 'ਤੇ ਬੈਠੇ ਨੇ, ਮੱਛਰ ਇੰਨੇ ਬਿਮਾਰੀਆਂ ਫੈਲ ਰਹੀਆਂ ਨੇ, ਇਹਨਾਂ ਨੂੰ ਮੱਛਰਦਾਨੀਆਂ ਦੀ ਲੋੜ ਹੈ ਜਾਂ ਇਹਨਾਂ ਨੂੰ ਬੱਤੀ ਨਹੀਂ ਹੈਗੀ, ਇਹਨਾਂ ਨੂੰ ਸੋਲਰ ਲਾਈਟਸ ਦੀ ਲੋੜ ਹੈ, ਦੁੱਧ ਦੀ ਲੋੜ ਹੈ। ਸੋ ਉਹ ਚੀਜ਼ਾਂ ਅਸੀਂ ਕਿੱਦਾਂ ਪਹੁੰਚਾਉਣੀਆਂ ਇਹ ਸਾਡੇ ਲਈ ਬਹੁਤ ਜ਼ਿਆਦਾ ਇਸ ਟਾਈਮ ਸੋਚਣ ਦੀ ਲੋੜ ਹੈ ਕਿ ਅਸੀਂ ਕਿਸ ਡਾਇਰੈਕਸ਼ਨ ਦੇ ਵਿੱਚ ਜਿਹੜੀ ਸੇਵਾ ਹੈ ਜਾਂ ਜਿਹੜਾ ਸਮਾਨ ਹੈ ਉਹ ਪਹੁੰਚਾਉਣਾ ਇਹਨਾਂ ਪਰਿਵਾਰਾਂ ਤੱਕ। ਸੋ ਅੱਜ ਵੀ ਅਸੀਂ ਸਵੇਰ ਤੋਂ ਤਕਰੀਬਨ ਪਿਛਲੇ 2-3 ਘੰਟਿਆਂ ਤੋਂ ਗਰਾਊਂਡ ਜ਼ੀਰੋ ਦੇ ਉੱਤੇ ਸਮਾਨ ਡਿਸਟ੍ਰੀਬਿਊਟ ਕਰ ਰਹੇ ਹਾਂ। ਕਈ ਵੀਰ ਭੈਣਾਂ ਲੋਕ ਇੱਥੇ ਪਹੁੰਚ ਰਹੇ ਨੇ ਕਿ ਜਿਨ੍ਹਾਂ ਨੂੰ ਚੱਪੂ ਚਲਾ ਕੇ ਕਿਸ਼ਤੀਆਂ ਦੇ ਵਿੱਚ ਬੈਠ ਕੇ ਸਮਾਨ ਭੇਜ ਰਹੇ ਨੇ, ਬਟ ਕਈ ਪਿੰਡ ਕਈ ਡੇਰੇ ਜਿਹੜੇ ਪਿੰਡਾਂ ਦੇ ਵਿੱਚ ਹੁੰਦੇ ਨੇ ਜਿਹੜੇ ਬਿਲਕੁਲ ਇਕੱਲੇ ਇਕੱਲੇ ਘਰ ਪਿੰਡਾਂ ਦੇ ਵਿੱਚ ਆਲੇ ਦੁਆਲੇ ਬਣੇ ਨੇ। ਸੋ ਉਹਨਾਂ ਨੂੰ ਆਹ ਲਾਈਟਸ, ਦੁੱਧ, ਪਾਣੀ ਜਾਂ ਹੋਰ ਜੋ ਬੇਸਿਕ ਨੀਡਸ ਨੇ, ਮੱਛਰਦਾਨੀ, ਆਟੋਮੋਸ, ਉਹ ਸਾਰਾ ਜਿਹੜਾ ਸਮਾਨ ਹੈ ਉਹ ਖਾਲਸਾ ਏਡ ਦੇ ਵੱਲੋਂ ਪ੍ਰੋਵਾਈਡ ਕੀਤਾ ਜਾ ਰਿਹਾ। ਅੱਜ ਸਾਡੇ ਨਾਲ ਬਾਈ ਤਰਸੇਮ ਜੀ ਵਾਰੀ, ਝਿੰਜਰ ਭਾਅ ਜੀ ਵਾਰੀ, ਸਾਰੀ ਟੀਮ ਇਹਨਾਂ ਦੀ ਅੱਜ ਗਰਾਊਂਡ ਜ਼ੀਰੋ 'ਤੇ ਆਈ ਹੈ। ਅਸੀਂ ਕਾਫੀ ਦਿਨਾਂ ਦਾ ਪਲਾਨ ਕਰ ਰਹੇ ਸੀ ਕਿ ਗਰਾਊਂਡ ਜ਼ੀਰੋ ਤੋਂ ਜਾ ਕੇ ਭਾਅ ਜੀ ਸੇਵਾ ਕਰਨਾ ਚਾਹੁੰਦੇ ਸੀ। ਸੋ ਮੈਂ ਬਾਈ ਨਾਲ ਗੱਲ ਕਰਨਾ ਚਾਹੁੰਦਾ, ਬਾਈ ਜੀ ਵੀ ਖਾਲਸਾ ਏਡ ਦੇ ਪੇਜ ਤੋਂ ਅਸੀਂ ਲਾਈਵ ਸੀ, ਕਿ ਤੁਸੀਂ ਕੁਛ ਸੁਨੇਹਾ ਜਾਂ ਕੁਛ ਮੈਸੇਜ ਜੋ ਤੁਸੀਂ ਅੱਜ ਦੇਖਿਆ ਉਹ ਅਗਰ ਤੁਸੀਂ ਦੇਣਾ ਚਾਹੋ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਅਤੇ ਅੱਜ ਇੱਥੇ ਆਏ ਹਾਂ, ਅਸਲ ਗਰਾਊਂਡ ਰਿਐਲਿਟੀ ਜਿਵੇਂ ਕਹਿੰਦੇ ਹੁੰਦੇ ਨਾ, ਗਰਾਊਂਡ 'ਤੇ ਆ ਕੇ ਪਤਾ ਚੱਲਦੀ ਆ। ਕਈ ਦਿਨ ਪਹਿਲਾਂ ਤੋਂ ਜਦੋਂ ਦੀਆਂ ਖਬਰਾਂ ਦੇਖਦੇ ਹਾਂ ਵੀ ਪਾਣੀ ਆਇਆ, ਉਦੋਂ ਤੋਂ ਆਪਣੇ ਵੱਲੋਂ ਪੋਸਟ ਪਾ ਕੇ ਸੋਸ਼ਲ ਮੀਡੀਆ 'ਤੇ ਅਤੇ ਆਪਣੇ ਬੰਦਿਆਂ ਨੂੰ ਅਤੇ ਅਮਰਪ੍ਰੀਤ ਬਾਈ ਨਾਲ ਵੀ ਉਦੋਂ ਗੱਲ ਹੋਈ, ਪਤਾ ਤਾਂ ਸੀਗਾ ਸਥਿਤੀ ਦਾ ਵੀ ਕੀ ਹੈ, ਪਰ ਜਦੋਂ ਆਪਾਂ ਐਕਚੁਅਲ ਜਗ੍ਹਾ 'ਤੇ ਆਉਂਦੇ ਉਦੋਂ ਪਤਾ ਲੱਗਦਾ ਵੀ ਅਸਲ ਸੱਚਾਈ ਕੀ ਆ, ਰਿਐਲਿਟੀ ਕੀ ਆ, ਹੈ ਨਾ। ਜਦੋਂ ਤੱਕ ਆ ਰਹੇ ਸੀਗੇ, ਜਦੋਂ ਤੱਕ ਜਲੰਧਰੋਂ ਆਏ, ਜਲੰਧਰੋਂ ਮੁੜੇ, ਉਹ ਇੱਕ ਨੋਰਮਲ ਲਾਈਫ ਚੱਲ ਰਹੀ ਹੈ, ਜੋ ਕਿ ਜਿੱਧਰ ਸਾਡੇ ਵੱਲ ਵੀ ਪਾਣੀ ਹੈ ਨੀਗਾ, ਅਤੇ ਇੱਕ ਨੋਰਮਲ ਲਾਈਫ ਜਿਹੜੀ ਚੱਲ ਰਹੀ ਹੈ ਸਾਰਿਆਂ ਦੀ ਚੱਲ ਰਹੀ ਹੈ। ਪਰ ਇੱਥੇ ਆ ਕੇ ਪਤਾ ਚੱਲਦਾ ਵੀ ਤੁਸੀਂ ਇੱਕ ਨਵਾਂ ਪੰਨਾ ਖੋਲਿਆ ਜਿਹਦੇ ਵਿੱਚ ਡਿਜ਼ਾਸਟਰ ਦਾ ਪੂਰਾ, ਜਿਹਦੇ ਵਿੱਚ ਜਿਹੜੇ ਏਰੀਏ ਡੈਮੇਜ ਨੇ ਉਹ ਪੂਰੇ ਕ੍ਰਿਟੀਕਲੀ ਡੈਮੇਜ ਨੇ, ਜਿਹੜੇ ਨਹੀਂ ਹੈਗੇ ਉਹ ਜਮ੍ਹਾਂ ਹੀ ਨਹੀਂ ਹੈਗੇ, ਤਾਂ ਕਰਕੇ ਜਿਹਨਾਂ ਦੇ ਨਹੀਂ ਹੈਗੇ ਆਪਾਂ ਉਹ ਇਸ ਸਥਿਤੀ ਨੂੰ ਸਮਝ ਨਹੀਂ ਪਾ ਰਹੇ। ਉਹ ਚੀਜ਼ ਕਰਕੇ ਮੈਨੂੰ ਲੱਗਦਾ ਥੋੜ੍ਹੀ ਅਵੇਅਰਨੈਸ ਦੀ ਘਾਟ ਲਾ ਲਓ ਜਾਂ ਉਹ ਚੀਜ਼ਾਂ ਦੀ ਘਾਟ ਲਾ ਲਓ, ਜਾਂ ਜੋ ਹੈਲਪ ਆਪਾਂ ਨੂੰ ਕਰਨੀ ਚਾਹੀਦੀ ਹੈ ਜਿੱਥੇ ਨਹੀਂ ਹੈਗਾ ਕੋਈ ਵੀ ਪ੍ਰਭਾਵ ਇਹ ਚੀਜ਼ ਦਾ, ਜੋ ਉਹਨਾਂ ਨੂੰ ਹੈਲਪ ਕਰਨੀ ਚਾਹੀਦੀ ਹੈ, ਸ਼ਾਇਦ ਉਹਨਾਂ ਤੱਕ ਕੋਈ ਗੱਲ ਕਨਵੇ ਨਹੀਂ ਹੋ ਰਹੀ, ਅਤੇ ਇੱਥੇ ਆ ਕੇ ਪਤਾ ਚੱਲਦਾ। ਅਤੇ ਮੇਰੇ ਵੱਲੋਂ ਇਹੀ ਅਪੀਲ ਆ ਸਾਰਿਆਂ ਨੂੰ ਵੀ ਆਪਾਂ ਸਾਰੇ ਰਲ ਮਿਲ ਕੇ ਜਿੰਨੇ ਯੋਗੇ ਵੀ ਹੈਗੇ ਹਾਂ, ਜਿਹੜਾ ਵੀ ਕੋਈ ਹੈਗਾ, ਚਾਹੇ ਕੋਈ ਗਰਾਊਂਡ ਲੈਵਲ 'ਤੇ ਆ ਤੇ ਰਹਿ ਰਹੇ ਆ, ਆਪਣੀ ਛੱਤ 'ਤੇ ਰਹਿ ਰਹੇ ਆ, ਸਾਰੀ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਇੱਕ ਸੰਤੁਲਨ ਆ ਉਹ ਵਿਗੜਿਆ ਹੋਇਆ, ਸਾਰਿਆਂ ਨੂੰ ਅਪੀਲ ਇਹੀ ਆ, ਮੰਨ ਲਓ ਲੌਂਗ ਸਟੋਰੀ ਸ਼ੋਰਟ ਵੀ, ਆਪਾਂ ਸਾਰੇ ਜਣੇ ਆਪਣੇ ਭੈਣ ਭਾਈਆਂ ਦੀ ਹੈਲਪ ਕਰੀਏ, ਕਿਸੇ ਵੀ ਵੇ ਨਾ ਕਰੀਏ, ਚਾਹੇ ਉਹ ਗਰਾਊਂਡ ਲੈਵਲ 'ਤੇ ਆ ਕੇ ਕਰੀਏ। ਮੈਂ ਸਾਰਿਆਂ ਨੂੰ ਅਪੀਲ ਕਰਦਾ, ਚਾਹੇ ਕੋਈ ਸਾਡੇ ਕਿੱਤੇ ਨਾਲ ਰਿਲੇਟਡ ਆ, ਚਾਹੇ ਕੋਈ ਇੰਡਸਟਰੀਅਲਿਸਟ ਆ, ਚਾਹੇ ਕੋਈ ਖੇਤੀਬਾੜੀ ਵਾਲਾ, ਚਾਹੇ ਕੋਈ NRI ਆ, ਐਂਡ ਆਫ ਦ ਡੇ ਸਾਰੇ ਪੰਜਾਬੀ ਆ, ਇਸੇ ਪੰਜਾਬ 'ਚੋਂ ਗਏ ਹਾਂ, ਇਸੇ ਪੰਜਾਬ 'ਚ ਰਹਿੰਦੇ ਹਾਂ, ਇਸੇ ਪੰਜਾਬ ਦੇ ਵਿੱਚੋਂ ਹੀ ਉੱਗੀ ਹੋਈ ਕਣਕ ਖਾਂਦੇ ਹਾਂ, ਅਤੇ ਅੱਜ ਸਾਡੇ ਭੈਣ ਭਾਈ ਨੂੰ ਜਿਹਨੂੰ ਲੋੜ ਆ ਸਾਰੇ ਜਣੇ ਰਲ ਮਿਲ ਕੇ ਕਰੀਏ। NRIs ਜਿਹੜੇ ਇਹ ਏਰੀਏ ਦੇ ਵਿੱਚ ਹੈਗੇ ਆ ਉਹ ਆਪਣੇ ਪਿੰਡਾਂ ਦਾ ਖਾਸ ਤੌਰ 'ਤੇ ਖਿਆਲ ਰੱਖਣ, ਹਮੇਸ਼ਾ ਤੁਸੀਂ ਰੱਖਦੇ ਹੋ, ਹੁਣ ਵੀ ਰੱਖੀਏ, ਸਾਰੇ ਜਣੇ ਆਪਣੇ ਵੱਲੋਂ ਜੋ ਤਿਲ ਫੁੱਲ ਹੈਗਾ ਕਰੀਏ। ਖਾਲਸਾ ਏਡ ਹਮੇਸ਼ਾ ਤੋਂ ਕਿਤੇ ਵੀ ਕੋਈ ਕੰਮ ਆਉਂਦਾ ਸਭ ਤੋਂ ਪਹਿਲਾਂ ਪਹੁੰਚਦੇ ਆ, ਹੋਰ ਵੀ ਜਿੰਨੀਆਂ ਸਾਰੀਆਂ NGOs ਕਰ ਰਹੀਆਂ, ਇੰਡੀਵਿਜੁਅਲਸ ਕਰ ਰਹੇ ਆ, ਪਿੰਡਾਂ ਵਾਲੇ ਕਰ ਰਹੇ ਆ, ਚਾਹੇ ਕੋਈ ਵੀ ਸਰਕਾਰੀ ਕਰ ਰਿਹਾ ਚਾਹੇ ਗੈਰ ਸਰਕਾਰੀ ਕਰ ਰਿਹਾ, ਸਾਰਿਆਂ ਨੂੰ ਮੈਂ ਸਲਿਊਟ ਵੀ ਕਰਦਾ, ਅਤੇ ਸਾਰਿਆਂ ਨੂੰ ਹੋਰ ਤਨਦੇਹੀ ਨਾਲ ਕੰਮ ਕਰਨ ਦਾ ਮੈਂ ਆਪਣੇ ਵੱਲੋਂ ਕਾਮਨਾ ਵੀ ਕਰਦਾ। ਧੰਨਵਾਦ ਜੀ ਸਾਡੇ ਨਾਲ
ਕਾਫੀ ਮਸ਼ਹੂਰ ਜਰਨਲਿਸਟ ਵੀਰ ਰਮਨਦੀਪ ਸਿੰਘ ਜੀ ਹੈਗੇ ਨੇ, ਸੋ ਇਹ ਗਰਾਊਂਡ ਜ਼ੀਰੋ ਤੋਂ ਕਾਫੀ ਟਾਈਮ ਤੋਂ ਰਿਪੋਰਟਿੰਗ ਕਰ ਰਹੇ ਨੇ, ਤੇ ਮੈਂ ਚਾਹੁੰਦਾ ਕਿ ਜੋ ਗਰਾਊਂਡ ਜ਼ੀਰੋ ਦੀ ਰਿਐਲਿਟੀ ਹੈ ਉਹ ਇਹਨਾਂ ਦੇ ਵੀ ਜਿਹੜੇ, ਕਿਉਂਕਿ ਇਹਨਾਂ ਦੀ ਜਿਹੜੀ ਸਟੱਡੀ ਹੈ ਉਹ ਬਿਲਕੁਲ ਡਿਫਰੈਂਟ ਵੇ 'ਚ ਹੁੰਦੀ ਆ, ਸੋ ਤੁਸੀਂ ਇਹਨਾਂ ਤੋਂ ਵੀ ਮੈਂ ਚਾਹੁੰਦਾ ਕਿ ਸ਼ੇਅਰ ਕਰਨ ਕਿ ਤੁਸੀਂ ਕੋਈ ਸੁਨੇਹਾ, ਕਿਉਂਕਿ ਖਾਲਸਾ ਏਡ ਦੇ ਨਾਲ ਕਾਫੀ ਐਨ ਆਰ ਆਈਜ਼ ਵੀ ਜੁੜੇ ਨੇ, ਕਾਫੀ ਵੀਰ ਭੈਣਾਂ ਜੁੜੇ ਨੇ ਜਿਹੜੇ ਗਰਾਊਂਡ ਜ਼ੀਰੋ 'ਤੇ ਜਾਂ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ, ਤੁਸੀਂ ਉਹਨਾਂ ਲਈ ਕੋਈ ਸੁਨੇਹਾ ਦੇਣਾ ਚਾਹੋਗੇ? ਬਿਲਕੁਲ ਅਮਰਪ੍ਰੀਤ, ਵੈਸੇ ਜਸੜ ਬਾਈ ਹੋਰਾਂ ਨੇ ਵਧੀਆ ਤਰੀਕੇ ਦੇ ਨਾਲ ਵਿਸਥਾਰ 'ਚ ਦੱਸਿਆ, ਪਰ ਇੱਕ ਖਾਸ ਚੀਜ਼ ਜਿਹੜੀ ਮੈਂ ਨਿੱਜੀ ਤੌਰ 'ਤੇ ਮਹਿਸੂਸ ਕਰਦਾ ਕਿਸਾਨੀ ਦੇ ਪੱਖ ਤੋਂ, ਦੂਰ ਦੂਰ ਤੱਕ ਤੁਸੀਂ ਕੈਮਰਾ ਘੁੰਮਾ ਕੇ ਵਿਖਾਓ, ਦੂਰ ਦੂਰ ਤੱਕ ਤੁਸੀਂ ਵੇਖ ਲਓ ਕਿ ਜਿੱਥੋਂ ਤੱਕ ਨਿਗਾਹ ਜਾਂਦੀ ਆ ਉੱਥੋਂ ਤੱਕ ਪਾਣੀ ਨਜ਼ਰ ਆਉਂਦਾ, ਮਤਲਬ ਸੁਭਾਵਿਕ ਤੌਰ 'ਤੇ ਜੇਕਰ ਕਿ ਹਜ਼ਾਰਾਂ ਏਕੜ ਫਸਲ ਜਿਹੜੀ ਹੈਗੀ ਆ ਉਹ ਤਬਾਹ ਹੋ ਚੁੱਕੀ ਆ। ਇੱਕ ਮੈਂ ਅਮਰਪ੍ਰੀਤ ਉਦਾਹਰਣ ਦੇਣੀ ਚਾਹੂੰਗਾ, ਸ਼ਾਇਦ ਇਹਦੇ ਨਾਲ ਲੋਕ ਜ਼ਿਆਦਾ ਚੰਗੇ ਤਰੀਕੇ ਨਾਲ ਅਹਿਸਾਸ ਕਰਨਗੇ ਕਿ ਜ਼ਮੀਨ ਦਾ ਠੇਕਾ ਹੈ ਅਤੇ 50,000 ਰੁਪਏ ਪ੍ਰਤੀ ਏਕੜ ਹੈ, ਔਰ ਅਮੂਮਨ ਜਿਹੜੇ ਆ ਜਿਹੜਾ ਝੋਨੇ ਦੀ ਕਾਸ਼ਤ ਕਰਦੇ ਹਾਂ ਆਪਾਂ ਤਾਂ ਇੱਕ ਏਕੜ ਸਾਂਭਣ 'ਤੇ ਖਰਚਾ 20,000-25,000 ਰੁਪਏ ਆ ਜਾਂਦਾ। ਹੁਣ ਲਗਭਗ ਨੇੜੇ ਸੀ ਨਿਸਰਨ 'ਤੇ ਝੋਨਾ ਸੀਗਾ ਅਤੇ ਕਹਿ ਲਓ ਤੁਸੀਂ 15,000-20,000 ਦਾ ਖਰਚਾ ਹੋ ਗਿਆ। ਜਿਹੜੇ ਜ਼ਿਮੀਦਾਰ ਨੇ 10 ਏਕੜ ਜ਼ਮੀਨ ਲਈ ਹੈ, 5 ਲੱਖ ਤਾਂ ਉਹਦਾ ਇਕੱਲਾ ਠੇਕਾ ਬਣ ਗਿਆ, ਫਿਰ ਉਹਨੇ 10,000 ਰੁਪਇਆ 15,000 ਰੁਪਇਆ ਆਪਾਂ ਗਿਣੀਏ ਤਾਂ ਉਹਨੇ ਜਿਹੜਾ ਲਾਇਆ ਹੋਇਆ 2-2.5 ਲੱਖ ਰੁਪਇਆ ਖਰਚਾ ਬਣ ਗਿਆ, 7-8 ਲੱਖ ਰੁਪਇਆ ਤਾਂ ਉਹਨੇ ਇਕੱਲਾ ਠੇਕੇਦਾਰ ਨੂੰ ਦੇਣਾ। ਤਾਂ ਮੇਰੀ ਗੁਜ਼ਾਰਿਸ਼ ਹੀ ਹੈ ਕਿ ਜਿਹੜੇ ਤਾਂ ਇੱਥੇ ਵਿੱਚੋਂ ਠੇਕੇਦਾਰ ਹੈਗੇ ਜਿਹਨਾਂ ਦੇ ਆਪਦੇ ਘਰ ਵੀ ਡੁੱਬ ਗਏ ਉਹ ਗੱਲ ਵੱਖਰੀ ਆ, ਪਰ ਜਿਹੜੇ ਸਰਦੇ ਪੁੱਜ ਦੇ ਲੋਕ ਆ ਜਿਹਨਾਂ ਦਾ ਚੰਗਾ ਕਾਰੋਬਾਰ ਆ ਜਾਂ ਫਿਰ ਜਿਹੜੇ ਐਨ ਆਰ ਆਈ ਨੇ, ਕਿਉਂਕਿ ਪਤਾ ਕਰਾਇਆ ਅਮਰਪ੍ਰੀਤ ਕਿ ਬਹੁਤ ਸਾਰੇ ਲੋਕ ਇੱਥੋਂ ਵਿਦੇਸ਼ਾਂ 'ਚ ਗਏ ਨੇ, ਜੇਕਰ ਸੱਚੀ ਮੁੱਚੀ ਮਦਦ ਕਰਨੀ ਚਾਹੁੰਦੇ ਹੋ ਤਾਂ ਇਹਨਾਂ ਦੇ ਠੇਕੇ ਮਾਫ਼ ਕਰੋ, ਜਾਂ ਫਿਰ ਜੇਕਰ ਐਨ ਆਰ ਆਈ ਮਦਦ ਕਰਨੀ ਚਾਹੁੰਦੇ ਆ ਤਾਂ ਠੇਕੇ ਦੇਣ ਦੇ ਵਿੱਚ ਇਹਨਾਂ ਦੀ ਹੈਲਪ ਕੀਤੀ ਜਾਵੇ, ਉਹ ਸਭ ਤੋਂ ਸ਼ਾਨਦਾਰ ਉਪਰਾਲਾ ਹੋਊਗਾ। ਉਸ ਤੋਂ ਬਾਅਦ ਆਉਂਦੀ ਆ ਮੱਧਵਰਤੀ ਤਬਕੇ ਦੀ ਗੱਲ, ਜਿਹੜਾ ਕਿ ਛੋਟੇ ਮੋਟੇ ਕਾਰੋਬਾਰ 'ਤੇ ਜਿਹੜਾ ਨਿਰਭਰ ਕਰਦਾ ਸੀ, ਅਸੀਂ ਨਿਰੀ ਗਰੋਸਰੀ ਦੇ ਨਾਲ ਲੋਕਾਂ ਦੇ ਘਰ ਨਾ ਭਰੀਏ, ਕਿਉਂਕਿ ਬਹੁਤ ਸਾਰੀਆਂ ਥਾਵਾਂ 'ਤੇ ਇਹ ਵੇਖਣ 'ਚ ਆ ਰਿਹਾ ਕਿ ਜਿਹੜੇ ਸੜਕਾਂ 'ਤੇ ਲੋਕ ਹੈਗੇ ਨੇ ਉਹਨਾਂ ਨੂੰ ਸਿਰਫ ਰਾਸ਼ਨ ਦਿੱਤਾ ਜਾ ਰਿਹਾ, ਜਿਹੜੇ ਡੇਰਿਆਂ 'ਚ ਢਾਣੀਆਂ 'ਚ ਲੋਕ ਰਹਿੰਦੇ ਆ ਉਹਨਾਂ ਕੋਲ ਰਾਸ਼ਨ ਜਿਹੜਾ ਹੈਗਾ ਉਹ ਨਹੀਂ ਪਹੁੰਚਦਾ, ਤਾਂ ਦਾਣ ਦੀ ਦਸ਼ਾ ਬਦਲਣ ਦੀ ਲੋੜ ਹੈਗੀ ਆ, ਔਰ ਇਹ ਲੰਬਾ ਸਮਾਂ ਚੱਲਣਾ। ਮੈਨੂੰ ਇਉਂ ਲੱਗਦਾ ਕਿ ਜਦੋਂ ਪਾਣੀ ਲੈ ਜਾਊਗਾ ਲੋਕਾਂ ਦੇ ਘਰਾਂ ਦੀ ਸਫਾਈ ਹੋਣੀ ਆ, ਬਹੁਤ ਸਾਰੇ ਲੋਕਾਂ ਦੇ ਘਰ ਡਿੱਗਣੇ ਆ, ਤਾਂ ਤੁਸੀਂ ਮੈਂਟਲੀ ਪ੍ਰਪੇਅਰ ਰਹੋ ਕਿ ਜਿਹੜੇ ਘਰ ਦੇ ਆਲੇ ਦੁਆਲੇ ਜਿਹੜੀਆਂ ਤਾਂ ਕੋਠੀਆਂ ਸ਼ਾਇਦ ਉਹ ਤਾਂ ਬਚ ਜਾਣ, ਪਰ ਜਿਹੜੇ 2-2, 4-4 ਕਮਰੇ ਆ ਉਹਨਾਂ ਦੇ ਬਹੁਤ ਬੁਰੇ ਹਾਲਾਤ ਹੋਣਗੇ, ਤਾਂ ਉਹ ਘਰ ਵੀ ਦੁਬਾਰਾ ਪਾਉਣੇ ਪੈਣੇ ਆ, ਨੀਹਾਂ 'ਚ ਪਾਣੀ ਵੜ ਗਿਆ, ਕਈ ਘਰ ਡਿੱਗਣ ਦੀ ਕਗਾਰ 'ਤੇ ਆ। ਲੰਮਾ ਪ੍ਰੋਜੈਕਟ ਚੱਲੂਗਾ ਤਾਂ ਮੇਰੀ ਐਨ ਆਰ ਆਈ ਭਰਾਵਾਂ ਨੂੰ ਜਾਂ ਜਿਹੜੇ ਪੈਸੇ ਵਾਲੇ ਮੇਰੇ ਵੀਰ ਨੇ ਦਾਨ ਕਰਨਾ ਚਾਹੁੰਦੇ ਨੇ, ਸ਼ਰਧਾ ਰੱਖਦੇ ਨੇ, ਉਹਨੂੰ ਗੁਜ਼ਾਰਿਸ਼ ਹੈ ਕਿ ਮੈਂਟਲੀ ਪ੍ਰਪੇਅਰ ਰਹਿਣ ਕਿ ਉਹਨਾਂ ਦੇ ਘਰ ਵੀ ਪਾ ਕੇ ਦੇਣੇ ਪੈਣਗੇ। ਜੇ ਕੋਈ ਮੱਝਾਂ ਦਾ ਕੰਮ ਕਰਦਾ ਸੀ ਡੇਅਰੀ ਦਾ ਤਾਂ ਉਹਦੀਆਂ ਮੱਝਾਂ ਮਰ ਗਈਆਂ, ਉਹਨਾਂ ਦੀ ਹੈਲਪ ਕਰਨੀ ਪਊਗੀ। ਬਹੁਤ ਸਾਰੇ ਬੰਦਿਆਂ ਦਾ ਕਹਿ ਲਓ ਕਿ ਉਹ ਕਾਰੋਬਾਰ ਨਹੀਂ ਸੀ, ਇੱਕ ਘਰ ਸੀ, ਸਿਰ 'ਤੇ ਛੱਤ ਸੀ, ਉਹ ਵੀ ਖਤਮ ਹੋਣ ਦੀ ਕਗਾਰ 'ਤੇ ਆ। ਤਾਂ ਇਸ ਤਰੀਕੇ ਦੇ ਨਾਲ ਇਹ ਲੰਬਾ ਪ੍ਰੋਜੈਕਟ ਚੱਲੂਗਾ ਅਤੇ ਤੁਸੀਂ ਮੈਂਟਲੀ ਪ੍ਰਪੇਅਰ ਰਹੋ। ਮਦਦ ਕਰਨੀ ਹੈ ਤਾਂ ਦਾਨ ਦੀ ਦਸ਼ਾ ਜ਼ਰੂਰ ਬਦਲੋ। ਬਾਕੀ ਖਾਲਸਾ ਏਡ ਦੇ ਵੱਲੋਂ ਬਹੁਤ ਸ਼ਾਨਦਾਰ ਕੰਮ ਕੀਤਾ ਜਾ ਰਿਹਾ, ਵੈਸੇ ਤਾਂ ਦੁਨੀਆ ਪੱਧਰ 'ਤੇ ਜਿਹੜਾ ਕਹਿ ਲਓ ਕਿ ਤੁਸੀਂ ਲਗਾਤਾਰ ਖਾਲਸਾ ਏਡ ਦੇ ਵਲੰਟੀਅਰ ਪਹੁੰਚਦੇ ਨੇ, ਇਕੱਲੀ ਖਾਲਸਾ ਏਡ ਨਹੀਂ ਸੈਂਕੜੇ ਸਮਾਜ ਸੇਵੀ ਸੰਸਥਾਵਾਂ ਵੀ ਹੈਗੀਆਂ ਨੇ ਜਿਹੜੀਆਂ ਲਗਾਤਾਰ ਕੰਮ ਕਰ ਰਹੀਆਂ ਨੇ, ਉਹਨਾਂ ਨੂੰ ਸਲਿਊਟ ਕਰਨਾ ਬਣਦਾ, ਔਰ ਪੰਜਾਬੀਆਂ ਦੇ ਵੀ ਇਸ ਹੌਸਲੇ ਨੂੰ ਸਲਾਮ ਕਰਨੀ ਬਣਦੀ ਅਮਰਪ੍ਰੀਤ ਕਿ ਜਿਹੜੇ ਇਸ ਦੌਰ ਦੇ ਅੰਦਰ ਇਕੱਠੇ ਹੋਏ ਨੇ, ਕਿਉਂਕਿ ਪੰਜਾਬ ਇਸ ਗੱਲ ਨੂੰ ਲੈ ਕੇ ਬੜਾ ਬਦਨਾਮ ਹੋ ਚੁੱਕਿਆ ਸੀਗਾ ਕਿ ਪੰਜਾਬ 'ਚ ਭਾਈਚਾਰਾ ਖਤਮ ਹੋ ਗਿਆ, ਹੱਥ ਨੂੰ ਹੱਥ ਕਰ ਰਿਹਾ, ਮੋਢੇ ਨਾਲ ਮੋਢਾ ਲਾ ਕੇ ਲੋਕ ਜੁੜਦੇ ਨਹੀਂ, ਪਰ ਇੱਥੇ ਲੋਕਾਂ ਨੇ ਵਾਕਈ ਇਹ ਇਗਜ਼ਾਮਪਲ ਨੂੰ ਝੂਠਾ ਕੀਤਾ। ਧੰਨਵਾਦ। ਮੈਂ ਇੱਕ ਹੋਰ ਗੱਲ ਇੱਥੇ ਸ਼ੇਅਰ ਕਰਨਾ ਚਾਹੁੰਦਾ ਸੀ ਕਿ ਅਸੀਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਇੱਥੇ ਡਾਇਰੈਕਸ਼ਨ ਦੀ ਬਹੁਤ ਜ਼ਿਆਦਾ ਕਮੀ ਆ ਰਹੀ ਹੈ, ਕਿ ਹਰ ਇੱਕ ਤੁਸੀਂ ਅਗਰ ਬਾਹਰ ਬੰਨੇ 'ਤੇ ਜਾਓ, ਇਸ ਟਾਈਮ ਅਸੀਂ ਗਰਾਊਂਡ ਜ਼ੀਰੋ 'ਤੇ ਹਾਂ, ਇੱਥੇ ਨੈਟਵਰਕ ਆਇਆ, ਤਾਂ ਕਈ ਵੀਰ ਮੈਨੂੰ ਪਰਸਨਲ ਮੈਸੇਜ ਕਰਦੇ ਸੀ ਖਾਲਸਾ ਏਡ 'ਤੇ, ਸੁਨੇਹੇ ਆਉਂਦੇ ਸੀ ਕਿ ਤੁਸੀਂ ਗਰਾਊਂਡ ਜ਼ੀਰੋ 'ਤੇ ਜਾ ਕੇ ਸਾਨੂੰ ਦਿਖਾ ਕਿਉਂ ਨਹੀਂ ਰਹੇ ਹਾਲਾਤ। ਸੋ ਮੈਂ ਤਾਂ ਕਰਕੇ ਇੱਥੋਂ ਦੀ ਅੱਜ ਲਾਈਵ ਹੋਇਆ ਕਿ ਪਹਿਲਾਂ ਤਾਂ ਅਸੀਂ ਜਸਟ ਇੱਕ ਅਪਡੇਟ ਦੇ ਰਹੇ ਸੀ ਕਿ ਸਾਡੀ ਟੀਮ ਕਰ ਕੀ ਰਹੀ ਹੈ, ਤੁਸੀਂ ਆਹ ਦੇਖ ਲਓ ਕਿ ਚਾਰੇ ਪਾਸੇ ਪਾਣੀ ਕਿੰਨਾ, ਆਹ ਦੀਵਾਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਨਿਸ਼ਾਨ ਪਾਣੀ ਤੱਕ ਕਿੱਥੇ ਸੀਗਾ ਅਤੇ ਅੱਜ ਹੁਣ ਪਾਣੀ ਕਿੰਨਾ ਘਟਿਆ। ਸੋ ਕੀ ਹਾਲਾਤ ਇਹਨਾਂ ਦੇ ਹੋਣਗੇ, ਕੀ ਇਹਨਾਂ ਦੇ ਘਰ ਸੇਫ ਹੋਣਗੇ ਜਿਹੜੇ ਉੱਪਰ ਛੱਤਾਂ 'ਤੇ ਰਹਿ ਰਹੇ ਹੈ, ਕਿੰਨੀ ਗਰਮੀ ਹੈ, ਕਿੰਨੀਆਂ ਬਿਮਾਰੀਆਂ ਫੈਲਣੀਆਂ, ਕੀ ਹਾਲਾਤ ਹੋਣੇ ਆ, ਸ਼ਾਇਦ ਅਸੀਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਅੰਦਾਜ਼ਾ ਨਹੀਂ ਲਗਾ ਸਕਦੇ, ਜਿਵੇਂ ਤਰਸੇਮ ਬਾਈ ਜੀਹਰਾਂ ਨੇ ਕਿਹਾ ਕਿ ਸਾਨੂੰ ਗਰਾਊਂਡ ਜ਼ੀਰੋ 'ਤੇ ਉਤਰਨ ਦੀ ਲੋੜ ਹੈ। ਸੋ ਮੈਂ ਸਾਰੀ ਹੀ ਜਿਹੜੇ ਵੀ ਸਾਨੂੰ ਸਪੋਰਟ ਕਰ ਰਹੇ ਨੇ ਜਾਂ ਜਿਹੜੇ ਵੀ ਆਪਣੇ ਇੰਡੀਵਿਜੁਅਲ ਕਪੈਸਿਟੀ ਦੇ ਵਿੱਚ ਵੀ ਬਾਕੀ ਸੰਸਥਾਵਾਂ ਨੂੰ ਜਾਂ ਆਪਣੇ ਪਿੰਡ ਲੈਵਲ ਦੇ ਉੱਤੇ ਜਾਂ ਇੰਡੀਵਿਜੁਅਲ ਲੈਵਲ ਦੇ ਉੱਤੇ ਕੰਮ ਕਰ ਰਹੇ ਨੇ, ਮੈਂ ਸਾਰਿਆਂ ਨੂੰ ਸਲੂਟ ਕਰਦਾ, ਪਰ ਨਾਲ ਇੱਕ ਹੋਰ ਵੀ ਇਹੀ ਬੇਨਤੀ ਕਰਦਾ ਇਸ ਵੀਡੀਓ ਦੇ ਜ਼ਰੀਏ
ਤੁਸੀਂ ਸਾਰਿਆਂ ਤੱਕ ਇਹ ਜ਼ਰੂਰ ਪਹੁੰਚਾਇਓ ਕਿ ਅਸੀਂ ਪਲੈਨ ਵੇ ਦੇ ਵਿੱਚ ਪੂਰਾ ਪਲੈਨ ਬਣਾ ਕੇ ਫਿਰ ਕੰਮ ਕਰੀਏ। ਜਦ ਤੱਕ ਅਸੀਂ ਗਰਾਊਂਡ ਜ਼ੀਰੋ ਦੇ ਉੱਤੇ ਅਸੈਸਮੈਂਟ ਨਹੀਂ ਕਰਾਂਗੇ, ਲੋਕਾਂ ਦੀ ਲੋੜ ਨਹੀਂ ਸਮਝਾਂਗੇ, ਤਾਂ ਤੱਕ ਅਸੀਂ ਸਹੀ ਤਰੀਕੇ ਨਾਲ ਉਹ ਲੋੜਵੰਦਾਂ ਤੱਕ ਨਹੀਂ ਸਮਾਨ ਪਹੁੰਚਾ ਪਾਵਾਂਗੇ। ਅੱਜ ਵੀ ਅਗਰ ਤੁਸੀਂ ਬੰਨੇ 'ਤੇ ਜਾ ਕੇ ਤੁਸੀਂ ਦੇਖੋ ਤਾਂ 10 ਲੱਖ ਲੋਕਾਂ ਦਾ ਰਾਸ਼ਨ ਇਸ ਟਾਈਮ ਲੋਕ ਟਰਾਲੀਆਂ ਲਗਾ ਕੇ ਲਾਈਨਾਂ ਲਗਾ ਕੇ ਖੜ੍ਹੇ ਨੇ ਕਿ ਸਾਡੇ ਤੋਂ ਕੋਈ ਰਾਸ਼ਨ ਲੈ ਲਵੇ। ਬਟ ਜਦੋਂ ਆਪਾਂ ਅੰਦਰ ਆਈਦਾ ਤਾਂ ਲੋਕਾਂ ਨੂੰ ਹਜੇ ਵੀ ਜਿਹੜੀ ਨੀਡ ਹੈਗੀ ਹੈ ਉਹ ਬਹੁਤ ਤਰ੍ਹਾਂ ਦੀ ਅਲੱਗ ਅਲੱਗ ਡਿਫਰੈਂਟ ਨੀਡ ਹੈ। ਜਿਵੇਂ ਕਿ ਹੁਣੇ ਸਾਨੂੰ ਅਸੀਂ ਜਦੋਂ ਆਪਣੀ ਫੀਮੇਲ ਟੀਮ ਭੇਜੀ ਪਰਸੋਂ ਤਾਂ ਉਹਨਾਂ ਨੇ ਸਾਨੂੰ ਔਰਤਾਂ ਦੀ ਲੇਡੀਜ਼ ਦੀ ਅਲੱਗ ਪ੍ਰੋਬਲਮਸ ਦੱਸੀਆਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਪ੍ਰੋਬਲਮਸ ਫੇਸ ਕਰਨੀਆਂ ਪੈ ਰਹੀਆਂ। ਸੋ ਅਸੀਂ ਉਸਦੇ ਉੱਤੇ ਵਰਕ ਕਰ ਰਹੇ ਹਾਂ। ਸੋ ਜਿਵੇਂ ਜਿਵੇਂ ਅਸੈਸਮੈਂਟ ਹੋ ਰਹੀ ਹੈ, ਇੱਕ ਟੀਮ ਸਾਡੀ ਰੋਪੜ ਦੇ ਵਿੱਚ ਲੱਗੀ ਹੋਈ ਹੈ ਗਰਾਊਂਡ ਜ਼ੀਰੋ ਦੇ ਉੱਤੇ, ਉੱਥੇ ਅਸੈਸਮੈਂਟ ਚੱਲ ਰਹੀ ਹੈ, ਇੱਕ ਟੀਮ ਫਿਲੌਰ ਦੇ ਵਿੱਚ ਲੱਗੀ ਹੈ, ਅਸੀਂ ਅੱਜ ਸੁਲਤਾਨਪੁਰ ਲੋਧੀ ਇਲਾਕੇ ਦੇ ਵਿੱਚ ਆਪਣੀ ਅਸੈਸਮੈਂਟ ਕਰ ਰਹੇ ਹਾਂ, ਨਾਲ ਰਿਲੀਫ ਕਰ ਰਹੇ ਹਾਂ। ਸੋ ਜਿਹੜਾ ਐਮਰਜੈਂਸੀ ਫੇਸ ਸੀਗਾ ਆਲਮੋਸਟ ਇਸ ਟਾਈਮ ਤਕਰੀਬਨ ਨੇੜੇ ਜਾ ਰਿਹਾ ਸਮਾਪਤ ਹੁੰਦੇ ਅਤੇ, ਬਟ ਜਿਹੜੀ ਰੀਹੈਬਲੀਟੇਸ਼ਨ ਦਾ ਜਿਹੜਾ ਫੇਸ ਹੈ ਉਹ ਹਜੇ ਸਟਾਰਟ ਹੋਣਾ। ਪਾਣੀ ਨਿਕਲਣਾ ਲੋਕਾਂ ਦੇ ਘਰਾਂ 'ਚੋਂ, ਕਿੰਨੇ ਪਸ਼ੂ ਮਰੇ ਹੋਏ ਨਿਕਲਣੇ ਆ, ਕਿੰਨੀਆਂ ਬਿਮਾਰੀਆਂ ਲੱਗਣੀਆਂ, ਕਿੰਨੇ ਘਰ ਕੱਚੇ ਹੋਏ ਹੋਣੇ ਆ। ਸੋ ਅਸੀਂ ਉਸਦਾ ਅੰਦਾਜ਼ਾ ਹਜੇ ਲਗਾ ਹੀ ਨਹੀਂ ਸਕਦੇ। ਤਕਰੀਬਨ 10 ਸਾਲ ਇਹ ਸਾਰਾ ਪਿੰਡ ਸਾਰਾ ਇਲਾਕਾ ਪਿੱਛੇ ਜਾ ਚੁੱਕਾ, ਬਟ ਸਾਨੂੰ ਲੋੜ ਹੈ ਕਿ ਅਸੀਂ ਉਸ ਅਕੋਰਡਿੰਗਲੀ ਪਲੈਨ ਬਣਾਈਏ, ਸਟ੍ਰੈਟਜੀ ਬਣਾ ਕੇ, ਰੋਡ ਮੈਪ ਬਣਾ ਕੇ ਉਸਦੇ। ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਦੀ ਚੈਨਲ।